ਕਿੰਨੇ ਮੇਅਰ ਮੈਦਾਨ 'ਚ ਰਹਿ ਗਏ ਨੇ ਅਤੇ ਕਿੰਨੇ ਡਾਕੂਮੈਂਟ ਜਿਹੜੇ ਵਾਪਸ ਚਲੇ ਗਏ ਨੇ? ਜਦੋਂ ਸਕਰੂਟਨੀ ਖਤਮ ਹੋਈ ਸੀਗੀ ਉਸ ਟਾਈਮ 'ਤੇ 31 ਕੈਂਡੀਡੇਟ ਸੀਗੇ ਜਿਨ੍ਹਾਂ ਦਾ ਨੋਮੀਨੇਸ਼ਨ ਵੈਲਿਡ ਪਾਇਆ ਗਿਆ ਸੀਗਾ ਅਤੇ ਅੱਜ ਵਿਦਡਰੋਲ ਦਾ ਸਮੇਂ ਸੀਗਾ 3 ਵਜੇ ਅਤੇ 3 ਲੋਕਾਂ ਨੇ ਵਿਦਡਰੋਲ ਕੀਤਾ ਹੈ ਐਂਡ ਉਸਕੇ ਬਾਅਦ ਮੈਂ 28 ਕੈਂਡੀਡੇਟ ਫੀਲਡ ਵਿੱਚ ਰਹਿ ਗਏ। ਉਹਨਾਂ ਨੂੰ ਅਸੀਂ ਸਿੰਬਲ ਅਲੋਟਮੈਂਟ ਦਾ ਕੰਮ ਵੀ ਕਰ ਦਿੱਤਾ ਹੈਗਾ ਉਹਨਾਂ ਦੇ ਪ੍ਰੈਫਰੈਂਸ ਦੇ ਹਿਸਾਬ ਨਾਲ। ਜਿਹੜੀ ਰਜਿਸਟਰਡ ਰਿਕਗਨਾਈਜ਼ਡ ਪਾਰਟੀਜ਼ ਹੈ ਉਹਨਾਂ ਦਾ ਸਿੰਬਲ ਉੱਪਰ ਸੇ ਆਉਂਦਾ ਹੈਗਾ, ਜਿਹੜੇ ਰਜਿਸਟਰਡ ਪਾਰਟੀਜ਼ ਦਾ ਸਿੰਬਲ ECI ਵੱਲੋਂ ਅਲੋਟ ਕੀਤਾ ਹੁੰਦਾ ਹੈ ਉਹ ਵੀ ਅਸੀਂ ਦਿੰਦੇ ਹੈਗੇ। ਬਾਕੀ ਪਾਰਟੀ ਲਈ ਫਰੀ ਸਿੰਬਲਸ ਵਿੱਚੋਂ ਅਸੀਂ ਉਹਨਾਂ ਨੂੰ ਪ੍ਰੈਫਰੈਂਸ ਦਿੰਦੇ ਹੈਗੇ ਅਤੇ ਕੱਲ੍ਹ ਅਸੀਂ ਸਾਰੇ ਪਾਰਟੀ ਦੇ ਕੈਂਡੀਡੇਟਸ ਦੇ ਨਾਲ ਮੀਟਿੰਗ ਸ਼ਡਿਊਲ ਕੀਤੀ ਹੈ ਜਿਸਮੇ ਅਸੀਂ ਉਹਨਾਂ ਨੂੰ ਸਾਰੇ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਅਤੇ ਕਿਵੇਂ ਐਕਸਪੈਂਡੀਚਰ ਮੋਨੀਟਰਿੰਗ ਕਰਨੀ ਹੈਗੀ, ਕੀ ਰਿਸਟ੍ਰਿਕਸ਼ਨਸ ਹੈਗੀ, ਕੀ ਕਿਨ ਕਿਨ ਚੀਜ਼ਾਂ ਦਾ ਉਹਨਾਂ ਨੇ ਧਿਆਨ ਰੱਖਣਾ ਹੈਗਾ, ਕੋਈ ਪੋਸਟਰ ਛਪਾਉਣ ਲਈ ਜਾਂ ਕੋਈ ਪਰਮਿਸ਼ਨ ਲੈਣ ਲਈ ਕੀ ਸੁਵਿਧਾ ਹੈਗੀ, ਇਨਕੋਰ ਪੋਰਟਲ ਹੈਗਾ ਜਿਸਕੇ ਦਾ ਰਾਹੀਂ ਤੁਸੀਂ ਇਮੀਡੀਏਟਲੀ ਅਪਲਾਈ ਕਰ ਸਕਦੇ ਹੋ ਅਤੇ ਜੇ ਸੀਵਿਜ ਲੈਬ ਹੈ ਉਸ ਰਾਹੀਂ ਤੁਸੀਂ ਕੰਪਲੇਂਟ ਵੀ ਇਮੀਡੀਏਟਲੀ ਕਰ ਸਕਦੇ ਹੋ ਅਤੇ ਅਸੀਂ ਪਾਬੰਦ ਹੈ ਕਿ 100 ਮਿੰਟ ਦੇ ਅੰਦਰ ਅੰਦਰ ਉਸਦਾ ਨਿਰਾਕਰਨ ਕਰਨ ਅਤੇ ਉਸਕੇ ਇਲਾਵਾ ਹੋਰ ਵੀ ਕੰਪਲੇਂਟ ਮੋਨੀਟਰਿੰਗ ਚੱਲੇਗੀ। ਅਸੀਂ ਸਾਰੀ ਚੀਜ਼ਾਂ ਉਹਨਾਂ ਨੂੰ ਦੱਸਣੀ ਹੈਗੀ ਅਤੇ ਉਹਨਾਂ ਨੂੰ ਅਪੀਲ ਵੀ ਕਰਨੀ ਹੈਗੀ ਕਿ ਉਹ ਬਿਲਕੁਲ ਐਜ ਪਰ ਰੂਲਸ ਵਿਦ ਇਨ ਰੂਲਸ ਐਂਡ MCC ਦੀ ਪਾਲਣਾ ਕਰਦੇ ਹੋਏ ਚੋਣ ਵਿੱਚ ਆਪਣੇ ਪ੍ਰਚਾਰ ਕਰਨ। ਉਸ ਤੋਂ ਇਲਾਵਾ ਕਾਫੀ ਇਲੈਕਸ਼ਨ ਦੀ ਪ੍ਰਿਪਰੇਸ਼ਨਸ ਵੀ ਚੱਲ ਰਹੀ ਹੈ, ਟੀਮਸ ਦੀ ਟ੍ਰੇਨਿੰਗ, EVM ਦੀ ਰੈਂਡਮਾਈਜੇਸ਼ਨ, ਉਹ ਸਾਰਾ ਕੁਝ ਸ਼ਡਿਊਲ 'ਤੇ ਹੈ ਐਂਡ ਵੀ ਐਕਸਪੈਕਟ ਕਿ ਅਸੀਂ ਸਹੀ ਤਰੀਕੇ ਨਾਲ ਇਲੈਕਸ਼ਨ ਦੇ। ਆਮ ਜਨਤਾ ਸਰ ਕੀ ਅਪੀਲ ਹੈ ਵੋਟਾਂ ਗੱਲ ਕਰੀਏ, ਵੋਟਾਂ ਦਾ ਕਾਰਨ ਸਭਸੇ ਬੜਾ ਇਸਮੇ ਆਮ ਜਨਤਾ ਹੀ ਹੈ, ਉਹਨਾਂ ਦੀ ਇੱਕ ਇੱਕ ਵੋਟ ਰਾਹੀਂ ਕੋਈ ਵੀ ਪ੍ਰਤੀਨਿਧੀ ਚੁਣਿਆ ਜਾਂਦਾ ਹੈ ਅਤੇ ਮੈਂ ਤਾਂ ਇੱਕ ਹੀ ਅਪੀਲ ਕਰਾਂਗਾ ਕਿ ਇੱਕ ਵੋਟ ਦਾ ਮਹੱਤਵ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਕਈ ਵਾਰ ਅਸੀਂ ਦੇਖਿਆ ਹੈ ਕਿ ਜਿੱਤਣ ਅਤੇ ਹਾਰਨ ਵਾਲੇ ਦੇ ਵਿੱਚ ਜਿਹੜਾ ਗੈਪ ਹੈ ਉਹ ਕਾਫੀ ਘੱਟ ਹੁੰਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਵੋਟ ਨਹੀਂ ਦਿੱਤਾ ਹੋਣਾ ਉਹਦਾ ਉਸ ਵਿੱਚ। ਜਿਵੇਂ ਕਿ ਪਿਛਲੇ ਇਲੈਕਸ਼ਨ ਦਾ ਅਸੀਂ ਸਰਵੇ ਕਰਾਇਆ ਸੀਗਾ, ਐਨਾਲਿਸਿਸ ਕੀਤਾ ਸੀਗਾ ਅਤੇ 1/3 ਲੋਕਾਂ ਨੇ ਵੋਟ ਨਹੀਂ ਦਿੱਤਾ ਸੀਗਾ, 65% ਵੋਟਿੰਗ ਹੋਈ ਸੀਗੀ। ਅਗਰ 16 ਲੱਖ ਦੀ 16 ਲੱਖ ਵੋਟਰ ਹੈਗੇ ਅਤੇ 1/3 ਨਹੀਂ ਹੋਣਾ ਮੀਨਸ 5.5 ਲੱਖ ਦੇ ਕਰੀਬ ਲੋਕਾਂ ਨੇ ਵੋਟ ਨਹੀਂ ਦਿੱਤਾ ਅਤੇ ਜਿੱਤਣ ਅਤੇ ਹਾਰਨ ਵਾਲੇ ਦਾ ਡਿਫਰੈਂਸ ਹਾਰਡਲੀ 40-50 ਹਜ਼ਾਰ ਦਾ ਹੁੰਦਾ ਹੈ, ਮੀਨਸ 5-5.5 ਲੱਖ ਲੋਕਾਂ ਨੇ ਅਗਰ ਵੋਟ ਦਿੱਤਾ ਹੋਣਾ ਸੀਗਾ ਤਾਂ ਹੋ ਸਕਦਾ ਸੀਗਾ ਕਿ ਕੋਈ ਹੋਰ ਵਿਨਰ ਵੀ ਹੋ ਸਕਦਾ ਸੀਗਾ, ਮੀਨਸ ਉਹਨਾਂ ਦੀ ਜੋ ਮਰਜ਼ੀ ਰਾਹੀਂ ਕੋਈ ਚੁਣਿਆ ਜਾ ਸਕਦਾ ਸੀਗਾ। ਅਤੇ ਮੈਂ ਅਪੀਲ ਇਹੀ ਕਰਾਂਗਾ ਕਿ ਹਮਾਰੀ ਤਰਫ ਸੇ ਪੂਰੀ ਕੋਸ਼ਿਸ਼ ਹੈ ਕਿ ਇੱਕ ਵੀ ਵੋਟ ਬਣਨ ਤੋਂ ਨਾ ਰਹੇ, ਅਸੀਂ ਕਾਫੀ ਮਿਹਨਤ ਕਰਕੇ ਪਿਛਲੇ 4-5 ਮਹੀਨੇ ਮੇ ਵੀ ਹਮਨੇ 3-4 ਹਜ਼ਾਰ ਵੋਟ ਐਕਸਟਰਾ ਐਡ ਕੀਤੀ ਹੈ ਘਰ ਘਰ ਜਾ ਕੇ, ਸਕੂਲਸ ਜਾ ਕੇ, ਅਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਥਰੂ ਸਵੀਪ ਐਂਡ ਥਰੂ ਸੱਚ ਮੀਡੀਅਮ ਕਿ ਲੋਕਾਂ ਤੱਕ ਇਹ ਬਾਤ ਜ਼ਰੂਰ ਜਾਏ ਕਿ 5 ਸਾਲ ਵਿੱਚ ਇੱਕ ਵਾਰ ਚੁਣਾਵ ਹੁੰਦਾ ਹੈ ਅਤੇ ਇਸੇ ਵੱਡਾ ਅਫਸਰ ਉਹਨਾਂ ਲਈ ਨਹੀਂ ਮਿਲੂਗਾ ਕਿ ਉਹ ਆਪਣਾ ਇੱਕ ਡਿਸੀਜ਼ਨ ਦੇਣ ਕਿ ਉਹ ਕਿਸ ਪਾਰਟੀ ਦੇ ਕਿਸ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਹਨ।